ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਯੂਟਿਊਬ ਚੈਨਲ ਰਮਨ ਪੰਜਾਬੀ ਕੁਕਿੰਗ ਐਂਡ ਵਲੌਗ ਦੇ ਵਿੱਚ। ਅੱਜ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ, ਇਹ ਹੈਗਾ ਜੀ ਚਾਸਕੂ। ਆਪਾਂ ਚਾਸਕੂ ਲਿਆ, ਆਪਾਂ ਚਾਸਕੂ ਦੀ ਪੰਜੀਰੀ ਬਣਾਵਾਂਗੇ। ਜਿਹੜਾ ਚਾਸਕੂ ਹੈ ਇਹਦੇ ਬਹੁਤ ਸਾਰੇ ਫਾਇਦੇ ਹੁੰਦੇ ਆ, ਬਹੁਤ ਹੀ ਲਾਭਦਾਇਕ ਆ ਸਾਡੇ ਸਰੀਰ ਲਈ। ਇਹਦੇ ਜਿਹੜੇ ਫਾਇਦੇ ਹੈਗੇ ਆ, ਇਹ ਚਾਸਕੂ ਹੈ ਇਹ ਸਰਦੀਆਂ ਵਿੱਚ ਜ਼ਿਆਦਾ ਖਾਧਾ ਜਾਂਦਾ ਹੈ। ਆ 2 ਮਹੀਨੇ ਠੰਡ 'ਚ ਥੋੜ੍ਹਾ ਜਿਹਾ ਗਰਮ ਹੁੰਦਾ ਹੈ, ਖਾਣ ਦੇ ਵਿੱਚ ਗਰਮੀ ਥੋੜ੍ਹੀ ਕਰਦਾ ਇਹ। ਅਤੇ ਇਹ ਚਾਸਕੂ ਜਿਹੜਾ ਆਪਾਂ ਨੂੰ ਇੱਦਾਂ ਹੀ ਮਿਲਿਆ, ਪੀਸਿਆ ਵਾ ਨਹੀਂ ਮਿਲਿਆ ਹੈਗਾ, ਅਤੇ ਆਪਾਂ ਇਹਨੂੰ ਪੀਸ ਲਾਂਗੇ। ਪਹਿਲਾਂ ਇਹਨੂੰ ਨਾ ਆਪਾਂ ਥੋੜ੍ਹਾ ਜਿਹਾ ਗਰਮ ਕਰ ਲਾਂਗੇ, ਰੋਸਟ ਜਿਹਾ ਕਰ ਲਾਂਗੇ। ਉਹਦੇ ਨਾਲ ਇਹ ਨਾ ਜਲਦੀ ਪੀਸਿਆ ਜਾਂਦਾ, ਥੋੜ੍ਹਾ ਚੀੜਾ ਹੁੰਦਾ ਪੀਸਣ 'ਚ, ਥੋੜ੍ਹੀ ਪ੍ਰੋਬਲਮ ਹੁੰਦੀ ਹੈ ਨਹੀਂ ਤਾਂ। ਅਤੇ ਇਹ ਨਾ ਫੋੜੇ ਫੈਂਸੀਆਂ ਲਈ ਵੀ ਬਹੁਤ ਵਧੀਆ, ਅਤੇ ਇਹ ਜਿਹੜਾ ਇਹ ਹੈਗਾ ਖੂਨ ਦੀ ਸਫਾਈ ਕਰਦਾ। ਅਤੇ ਇਹਨੂੰ ਆਪਾਂ ਨਾ ਗਰਮ ਕਰ ਲਿਆ, ਹਲਕਾ ਜਿਹਾ ਰੋਸਟ ਕਰ ਲਿਆ, ਅਤੇ ਇਹਨੂੰ ਆਪਾਂ ਪਾ ਲੈਂਦੇ ਹਾਂ ਮਿਕਸੀ ਦੇ ਜੱਗ 'ਚ, ਅਤੇ ਇਹਨੂੰ ਆਪਾਂ ਪੀਸ ਲੈਂਦੇ ਹਾਂ। ਇਹਦਾ ਪਾਊਡਰ ਜਿਹਾ ਬਣਾ, ਥੋੜ੍ਹਾ ਇਹ ਟਾਈਮ ਲੈਂਦਾ ਪੀਸਣ ਲਈ ਵੀ, ਥੋੜ੍ਹਾ ਚੀੜਾ ਜਿਹਾ ਹੁੰਦਾ। ਅਤੇ ਤੁਸੀਂ ਆਪਾਂ ਇਹਨੂੰ ਥੋੜ੍ਹਾ ਜਿਹਾ ਰੋਸਟ ਜਿਹਾ ਤਾਂ ਕੀਤਾ ਵੀ ਜਲਦੀ ਪੀਸਿਆ ਜਾਊਗਾ। ਇੱਕ ਤਾਂ ਵੈਸੇ ਹੀ ਤੁਹਾਨੂੰ ਪਤਾ ਵੀ ਜਿੱਦਾਂ ਮੀਂਹ ਦਾ ਮੌਸਮ ਹੈ, ਸਰਦੀਆਂ ਦਾ ਮੌਸਮ ਹੈ, ਇਹ ਵੈਸੇ ਸਲਾਬ ਜੀ ਲੈ ਲੈਂਦਾ। ਅਤੇ ਜੇ ਆਪਾਂ ਇਹਨੂੰ ਉੱਦਾਂ ਹੀ ਪੀਸਦੇ ਹਾਂ ਤਾਂ ਇਹ ਨਹੀਂ ਪੀਸਿਆ ਜਾਂਦਾ ਗਾ। ਅਤੇ ਆਪਾਂ ਅੱਧਾ ਜਿਹੜਾ ਇਹ ਪਾ ਲਿਆ ਹੈ ਮਿਕਸੀ ਦੇ ਜੱਗ 'ਚ, ਅਤੇ ਅੱਧੇ ਨੂੰ ਆਪਾਂ ਬਾਅਦ 'ਚ ਪੀਸ ਲਾਂਗੇ। ਇਹਨੂੰ ਕਾਫੀ ਟਾਈਮ ਲੱਗ ਜਾਂਦਾ ਪੀਸਣ ਨੂੰ, ਅਤੇ ਆਪਾਂ ਮਿਕਸੀ ਬੰਦ ਕਰ ਕਰਕੇ 2-3 ਵਾਰ ਚਲਾਈ ਆ, ਜ਼ਿਆਦਾ ਆਪਾਂ ਮਿਕਸੀ ਨੂੰ ਗਰਮ ਨਹੀਂ ਹੋਣ ਦਿੱਤਾ ਗਾ। ਇਹ ਆਪਾਂ ਫੁੱਲ ਮਖਾਣੇ ਲਏ ਆ 1 ਚਮਚਾ ਘਿਓ ਦਾ ਵਿੱਚ ਪਾ ਕੇ, ਅਤੇ ਇਹਨਾਂ ਨੂੰ ਰੋਸਟ ਜਿਹਾ ਕਰ ਲਾਂਗੇ, ਭੁੰਨ ਲਾਂਗੇ ਹਲਕੇ ਹਲਕੇ। ਇਹ ਆਪਾਂ 100 ਗ੍ਰਾਮ ਮਗਜ ਲਏ, ਇਹਨਾਂ ਨੂੰ ਵੀ ਪੀਸ ਲੈਂਦੇ ਆਪਾਂ ਹਲਕੇ ਜਿਹੇ। ਇਹ ਆਪਾਂ ਜਿਹੜੇ ਮਖਾਣੇ ਲਏ ਆ ਇਹਨਾਂ ਨੂੰ ਵੀ ਪੀਸ ਲਾਂਗੇ। ਮਖਾਣੇ ਆਪਾਂ ਉਹ ਵੀ ਪੀਸ ਲਏ, ਇਹਨੂੰ ਵੀ ਇਹਦੇ ਵਿੱਚ ਹੀ ਕੱਢ ਲੈਂਦੇ ਆਪਾਂ। 200 ਗ੍ਰਾਮ ਜਿਹੜੇ ਕਾਜੂ ਲਏ ਆ, ਅਤੇ ਇਹਦੇ ਲਈ 200 ਗ੍ਰਾਮ ਹੀ ਆਪਾਂ ਬਦਾਮ ਲਏ ਆ, ਅਤੇ ਇਹਨਾਂ ਨੂੰ ਨਾ ਆਪਾਂ ਮਿਕਸੀ 'ਚ ਪੀਸ ਲਾਂਗੇ, ਅਤੇ ਦਰੜ ਫਰੜ ਜੇ ਕਰ ਲਾਂਗੇ, ਜੇ ਜ਼ਿਆਦਾ ਪਾਊਡਰ ਬਣਾਉਣਾ ਹੋਇਆ ਤਾਂ ਉਹ ਬਣਾ ਲਾਂਗੇ, ਅਤੇ ਨਹੀਂ ਥੋੜ੍ਹੇ ਜਿਹੇ ਦਰੜ ਫਰੜ ਜੇ ਕਰ ਲਾਂਗੇ, ਅਤੇ ਇਹਨਾਂ ਨੂੰ ਆਪਾਂ ਪੀਸ ਲੈਂਦੇ। ਫਿਰ ਦੇਖਦੇ ਬਦਾਮ ਆਪਾਂ ਪੀਸ ਲਿਆ, ਦਰੜ ਫਰੜ ਜੀ ਕਰ ਲਿਆ, ਹੁਣ ਕਾਜੂ ਵੀ ਇਹਦੇ ਵਿੱਚ ਹੀ ਪਾ ਦੇਣੇ। ਇਹ ਵੀ ਆਪਾਂ ਜ਼ਿਆਦਾ ਨਹੀਂ ਪੀਸੇਗੇ, ਵਧੀਆ ਲੱਗਦੇ ਆ ਜਿਹੜੇ ਥੋੜ੍ਹੇ ਜਿਹੇ ਮੋਟੇ ਆ, ਉਹ ਕੱਢ ਕੇ ਕਰ ਲੈਂਦੇ, ਜ਼ਿਆਦਾ ਪਾਊਡਰ ਜਿਹਾ ਨਹੀਂ ਵਧੀਆ ਲੱਗਦਾ ਗਾ। ਆਪਾਂ 1 ਕਿਲੋ ਆਟਾ ਹੈ ਜਿਹੜਾ ਛਾਣ ਲਿਆ, ਆਪਾਂ ਇਹ 'ਚ ਅੱਧਾ ਆਟਾ ਅੱਧਾ ਬੇਸਣ ਪਾਵਾਂਗੇ। 1 ਕਿਲੋ ਆਟਾ ਅਤੇ 1 ਕਿਲੋ ਆਪਾਂ ਬੇਸਣ ਲਵਾਂਗੇ, 2 ਕਿਲੋ ਹੋ ਜੂਗਾ ਆਪਣਾ ਫਿਰ, ਅਤੇ 1.25 ਕਿਲੋ ਆਪਾਂ ਘਿਓ ਲਵਾਂਗੇ ਇਹਦੇ ਵਿੱਚ, ਇਹਨੂੰ ਛਾਣ ਲੈਂਦੇ ਆਪਾਂ ਬੇਸਣ ਨੂੰ ਵਿੱਚ ਹੀ। ਇੱਧਰ 'ਚ ਆਪਾਂ ਗੈਸ ਬਾਲ ਲਿਆ, ਗੈਸ ਬਾਲ ਕੇ ਅਤੇ ਆਪਾਂ ਕੜਾਹੀ ਰੱਖ ਲਾਂਗੇ। ਆਟਾ ਅਤੇ ਬੇਸਣ ਜਿਹੜਾ ਆਪਾਂ ਦੋਨੇ ਮਿਕਸ ਕਰਕੇ ਆ
छान लिया। 1.5 किलो आटा लिया, 1 किलो आप बेसन लिया, 2.5 किलो हो गया। तो आप 2 किलो घ्यो पावे ये, तो जे आप 1.5 किलो आटा 1.5 किलो घ्यो आप आम पंजीरी लिए इदा ही लें भी जिन्ना अपना आटा होंगे उन्ना ही आप घ्यो लें। ये ना जो आप घ्यो घट पावे क्योंकि ना ये आप सुक्की जी बनानी है, ज़्यादा घ्यो नहीं पाना गा, बच्चे भी नहीं खा के खुश। तो एक जो चासकू हों थोड़ा जहा कौड़ा हों, जे ज़्यादा घ्यो होगा ना फिर बच्चों ने खाना नहीं गा। तो इन्हों खाने का तरीका यही है भी आप जो थोड़ा जहा घ्यो घट रख लाँगे तो वो ना गिले गिले ना कड़त्तन ज़्यादा हो जाती फिर। तो आप घ्यो जो पा लिया तो घ्यो आप चंगी तरह पिघला लें। वैसे जी पंजीरी बेसन च बने तो सारे ना वधिया रही है, पर जोड़ा ज़्यादा बेसन वह भी बच्चे नहीं खाते गे। फिर मैं अद्धा आटा पा लिया, अद्धा बेसन पाया आप जी पंजीरी खुश्क जी रखा, खुश्क जी पंजीरी खा के खुश होंगे है क्योंकि ज़्यादातर मैं बच्चों लिए बनाई है, सर्दियों के महीनों में खाधी जाती है, पोहे तो माघ के महीने च ही। पर जे इन आप ठंडे दुध ना लै लीए तो ये जी गर्मी नहीं करता गा। तो आप इनू चंगी तरह मिक्स कर लें, भुन लें आटे नू। तुसी देखते दे होंगे भी जो आटा खुश्की आ खुश्की रहूगा, ये ज़्यादा नहीं ये जड़ा हुंदा गा। तो जो आप ना देसी घ्यो ही लेना, होर कोई घ्यो तुसी ना वरत्यो चासकू लई, देसी घ्यो वधिया रहिंदा। इन्हों आप हिला हिला के चंगी तरह जो भुन लें। इतने देखो तुसी आटे का बेसन का जो कलर आ चेंज हो गया। तो आप हूँ पा दें चीनी, ये चीनी जी पीसी हुई है, जो तुसी बुरा खंड लेना चाहते हो वह भी ले सकते हो, ये शक्कर भी पा सकते हो तुसी, शक्कर ना भी वधिया रहिंदी है। तो जो आप चासकू ना सारे एंड दे विच पावांगे, वो ज़्यादा कड़त्तन देन लग जाता जे आप पहला नाल आटे दे ज़्यादा भुनते हैं, उन्हें ज़्यादा कड़त्तन दिंदा। ये आप पीसे हुए बदाम ते काजू जड़े वो ले लिया, ये माघ च आप भी बरीक बरीक पीस लिया, सारे का पाउडर जहा बना लिया क्योंकि ये जड़े आ चंगी तरह आटे दे विच मिल जाते हैं ते खाधे जाते हैं। ये आप चासकू लिया, जो आप चासकू पीस लिया सी, पीस के छान लिया सी। नहीं ना ये पत्ते जो होंगे अपने मूँह के लगन लग जाते, फिर कड़त्तन जी आने लग जाती है, तो इनू पीस के छान लवे, मोटा मोटा ना रखे, पाउडर ही बना लवे। तो चलो जी आप चंगी तरह मिक्स कर लिया, तो अज वाली वीडियो का एंड भी आप इतें ही करते हैं, मिलते हैं किसी होर नवी वीडियो के नाल कोई नवी रेसिपी या ब्लॉग लैके। तद तक ले सत श्री अकाल, बाय बाय।